ਅੱਜ ਸਵੇਰੇ ਹੀ ਬਰਨਾਲਾ ਦੇ ਲੁਧਿਆਣਾ ਰੋਡ ਤੇ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਇੱਕ ਟਰੱਕ ਦੀ ਟੈਂਪੂ ਟਰੈਵਲਰ ਨਾਲ ਟੱਕਰ ਹੋ ਗਈ। ਇਸ ਭਿਆਨਕ ਟੱਕਰ ਵਿੱਚ 7 ਵਿਅਕਤੀਆਂ ਵਿੱਚੋਂ 4 ਦੀ ਮੌਕੇ ਤੇ ਮੌਤ ਹੋ ਗਈ ਤੇ 3 ਵਿਅਕਤੀਆਂ ਨੂੰ ਜ਼ਖਮੀ ਰੂਪ ਵਿੱਚ ਮੌਕੇ ਤੇ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਟੈਂਪੂ ਟਰੈਵਲਰ ਵਿੱਚ ਸਵਾਰ ਵਿਅਕਤੀ ਕੈਟਰਿੰਗ ਦਾ ਕੰਮ ਕਰਦੇ ਸਨ, ਜੋ ਕਿ ਸਿਰਸਾ ਤੋਂ ਪ੍ਰੋਗਰਾਮ ਖਤਮ ਕਰਕੇ ਘਰ ਲੁਧਿਆਣਾ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਟਰੱਕ ਡਰਾਈਵਰ ਤੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਵਾ 6 ਵਜੇ ਕਾਲ ਆਈ ਜੀ ਵੀ ਮਹਿਲਕਲਾਂ ਟੋਲ ਪਲਾਜ਼ੇ ਤੋਂ ਅੱਗੇ 1.5 ਕਿਲੋਮੀਟਰ ਅੱਗੇ ਐਕਸੀਡੈਂਟ ਹੋ ਗਿਆ। ਟੈਂਪੂ ਟਰੈਵਲਰ ਦਾ ਅਤੇ ਟਰੱਕ ਦਾ ਐਕਸੀਡੈਂਟ ਸੀ, ਜੋ ਉੱਥੇ ਜਾ ਕੇ ਅਸੀਂ ਦੇਖਿਆ ਸੀਨ ਦੇ ਉੱਤੇ, ਅਤੇ ਉਹਦੇ ਵਿੱਚ ਪੇਸ਼ੈਂਟ ਕਾਫੀ ਜ਼ਿਆਦਾ 7-8 ਪੇਸ਼ੈਂਟ ਸੀ, ਜ਼ਖਮੀ ਸੀ। ਅਤੇ ਉਹਦੇ ਵਿੱਚ ਸਰ ਆਪਣੀ ਮਹਿਲਕਾਂ ਵਾਲੀ ਐਂਬੂਲੈਂਸ ਆਈ ਇੱਕ ਤਾਂ ਜੀ, ਇੱਕ ਰਾਏਕੋਟ ਵਾਲੀ 108 ਐਂਬੂਲੈਂਸ, ਉਹ ਛੱਡ ਗਈਆਂ 3-4 ਪੇਸ਼ੈਂਟ ਜੀ, 2-3 ਪੇਸ਼ੈਂਟ ਅਸੀਂ ਲੈ ਕੇ ਆਉਂਦੇ ਜੀ। ਕਿੰਨੇ ਜਣੇ ਦੇ ਮੌਤ ਹੋਈ, ਕਿੰਨੇ ਜ਼ਖਮੀ ਹੋਏ ਸਰ? ਇਹਦੇ ਵਿੱਚ ਹੁਣ ਟੋਟਲ ਹੁਣ ਤੱਕ ਜੀ ਪੇਸ਼ੈਂਟ ਇੱਥੇ ਡਾਕਟਰ ਸਾਹਿਬ ਨੇ ਜੀ 4 ਡਿਕਲੇਅਰ ਕਰਤੀ ਜੀ, 4 ਜਣੇ ਦੀ ਮੌਤ ਹੋ ਚੁੱਕੀ ਹੈ ਅਤੇ 3 ਜ਼ਖਮੀ ਜੀ। ਇਹ ਜਿਹੜਾ ਮਾਮਲਾ ਟੈਂਪੂ ਟਰੈਵਲ ਦੇ ਵਿੱਚ, ਕੈਟਰਿੰਗ ਪਾਰਟੀ ਜਾ ਰਹੀ ਸੀ ਸਰਸੇ ਤੋਂ ਵਿਆਹ ਲਾ ਕੇ ਲੁਧਿਆਣੇ ਨੂੰ, ਅਤੇ ਅੱਗੋਂ ਟਰੱਕ ਆ ਰਿਹਾ ਸੀਗਾ, ਸੇਬਾਂ ਦਾ ਭਰਿਆ ਹੈ, ਉਹਦੇ ਨਾਲ ਟਕਰਾ ਗਿਆ ਨਿਹਾਲੂ ਵਾਲੇ ਪਿੰਡ ਦੇ ਕੋਲ। ਟੈਂਪੂ ਟਰੈਵਲ ਦੇ ਵਿੱਚ ਜਿਹੜੇ ਸਵਾਰ ਸੀ ਵਿਅਕਤੀ, ਉਹਨਾਂ ਦੇ ਵਿੱਚੋਂ 3 ਵਿਅਕਤੀਆਂ ਦੀ ਜਿਹੜੀ ਮੌਕੇ 'ਤੇ ਮੌਤ ਹੋ ਗਈ ਸੀ, 4 ਵਿਅਕਤੀ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਅਸੀਂ ਉੱਥੋਂ ਲੋਕਾਂ ਦੀ ਮਦਦ ਨਾਲ ਕੱਢ ਕੇ ਸਿਵਲ ਹਸਪਤਾਲ ਬਰਨਾਲੇ ਭੇਜਿਆ। ਉਹਨਾਂ 'ਚੋਂ 10 ਇੱਕ ਬੰਦੇ ਦੀ ਹੋਰ ਮੌਤ ਹੋ ਚੁੱਕੀ ਹੈ ਜੀ ਉਹਨਾਂ ਦੀ? ਹਾਂ, ਅਸੀਂ ਹੋਸਪਿਟਲ ਦੇ ਵਿੱਚ ਪਹੁੰਚੇ ਹਾਂ ਤਾਂ ਪਤਾ ਲੱਗਿਆ ਵੀ ਉਹ ਜਿਹੜੇ ਬੰਦੇ ਉਹਨਾਂ ਨੇ ਅੱਗੇ ਜਨਰਲ ਹਸਪਤਾਲ ਤੋਂ ਰੈਫਰ ਕੀਤੇ ਸੀ, ਉਹਨਾਂ ਦੇ ਵਿੱਚੋਂ ਵੀ ਇੱਕ ਵਿਅਕਤੀ ਦੀ ਮੌਤ ਹੋਈ। ਅਤੇ ਇਹਦੇ 'ਚ ਪੁਲਿਸ ਕੀ ਕਾਰਵਾਈ ਅਮਲ 'ਚ ਲਿਆ ਰਹੀ ਹੈ ਜੀ? ਅਸੀਂ ਮਤਲਬ ਜਿਹੜੇ ਬੰਦੇ ਜ਼ਖਮੀ ਆ ਉਹਨਾਂ ਦਾ ਬਿਆਨ ਲਿਖ ਕੇ ਟਰੱਕ ਡਰਾਈਵਰ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਆ ਉਹ ਮੁਕੱਦਮਾ ਦਰਜ ਕਰਕੇ ਕਾਰਵਾਈ ਕਰਦੇ ਹਾਂ।